ਸਾਰਾ ਹਿੰਦੁਸਤਾਨ, ਪੂਰੀ ਦੁਨੀਆ ਇਸ ਵੇਲੇ ਇੰਸਪਾਇਰ ਹੋ ਰਹੀ ਹੈ। ਖਾਸੀਅਤ ਦੇਖੋ ਕੀ ਹੈ ਇਸ ਬੰਦੇ ਦੀ, ਇਹਨੇ ਬੰਬੇ ਦੀਆਂ ਫਿਲਮਾਂ ਬੰਦ ਕਰਵਾ ਦਿੱਤੀਆਂ, ਕੱਲਾ ਸਰਦਾਰ ਗੱਜ ਰਿਹਾ। ਉਹ ਸਲਮਾਨ, ਸ਼ਾਹਰੁਖ ਕਿੱਥੇ ਹੈ ਇਸ ਵੇਲੇ? ਵੈਰੀ ਗੁੱਡ ਸਰ। ਇਹ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ। ਔਰ ਜੋ ਵੀ ਇਹਨਾਂ ਦੇ ਉਹ ਸੀਗੀ ਜਿਹੜੀ ਚਮਕੀਲਾ, ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲਿਖੀਆਂ ਜਾ ਰਹੀਆਂ, ਇਹਨਾਂ ਵਾਸਤੇ ਕੈਰੇਕਟਰ ਲਿਖੇ ਜਾ ਰਹੇ, ਤੇ ਬਹੁਤ ਵੱਡੀ ਗੱਲ ਹੈ। ਬਿਲਕੁਲ, ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਯਾਰ ਤੇਰੇ ਤੇ। ਕਮਾਲ ਹੈ, ਕਮਾਲ। ਔਰ ਫਿਰ ਉਸੀ ਤਰ੍ਹਾਂ ਉਸੀ ਬਾਣੇ ਵਿੱਚ ਉਸੀ ਸਿੱਖੀ ਸਿਦਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ। ਦੋਸਤੋ, ਆਪਾਂ ਜ਼ਰਾ ਥੋੜਾ ਜਿਹਾ ਉੱਚੇ ਉੱਠਦੇ ਹੈ, ਫਿਰ ਕਹਿੰਦੇ ਬਾਲ ਕਟਾ ਲਈਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਜਾਂ ਕੁਛ ਇਸ ਤਰ੍ਹਾਂ ਹੋਏਗਾ। ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣੇ ਰਹੇ, ਉਸੀ ਤਰ੍ਹਾਂ ਇਹ ਦਲਜੀਤ ਦੋਸਾਂਝ ਜੀ ਹੈ। ਜਿਹੋ ਜਿਹਾ ਸਰਦਾਰ ਅਸੀਂ ਇੱਥੋਂ ਭੇਜਿਆ ਸੀਗਾ, ਉਹ ਅਜਿਹੀ ਨਿਰੋਲ ਸਰਦਾਰ ਇਸ ਵੇਲੇ ਹੈ। ਚਾਹੇ ਇਹ ਦੁਨੀਆਂ ਦੇ ਕਿਸੇ ਵੀ ਲੈਵਲ ਤੇ ਪੁੱਜ ਜਾਏ, ਇਹਨਾਂ ਨੇ ਜਿਸ ਤਰ੍ਹਾਂ ਕਿਹਾ ਹੈ ਪੰਜਾਬੀਆਂ ਦਾ ਮਾਣ ਵਧਾਇਆ, ਸਾਡਾ ਮਾਣ ਵਧਾਇਆ। ਔਰ ਜੋ ਇੰਨੀ ਖਲਕਤ ਦਾ, ਜੋ ਇੰਨੇ ਸੰਸਾਰ ਦਾ, ਇੰਨੇ ਜੀਵਾਂ ਦਾ ਮਾਣ ਵਧਾਉਂਦਾ ਹੈ, ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ। ਬ੍ਰਿਜੇਸ਼ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ, ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਮੈਂ ਮਾਫੀ ਚਾਹਾਂਗਾ ਕਿਸੇ ਦੇ ਬਹੁਤ ਹੀ ਪਿਆਰੇ ਆਰਟਿਸਟ ਨੇ। ਅਸੀਂ ਬਹੁਤ ਦੇਖਦੇ, ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀ ਐਨ ਚ। ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਲੀ ਬੀ ਐਨ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ, ਤੇ ਉਹਨਾਂ ਸਾਰਿਆਂ ਲਈ ਹੈ। ਅਸੀਂ ਮਿਸ ਕਰ ਰਹੇ ਇਸ ਵਾਰੀ ਜਸਵਿੰਦਰ ਭੱਲਾ ਸਰ ਨੂੰ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ। ਅਸੀਂ ਬਹੁਤ ਕੋਸ਼ਿਸ਼ ਕੀਤੀ ਭੱਲਾ ਸਰ ਨੂੰ ਵੀ ਲੈ ਕੇ ਆਉਣ ਦੀ, ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ ਪਾਏ। ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ, ਔਰ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ, ਤੇ ਸਾਡੇ ਵੱਲੋਂ ਕੋਈ ਉੱਚਾ ਨੀਵਾ ਬੋਲ ਬੋਲਿਆ ਗਿਆ ਹੋਵੇ ਤਾਂ ਮਾਫੀ। ਲੋਕੀ ਤਾਂ ਕਹਿੰਦੇ ਸੈਂਪੀ ਦਾ ਡੈਡੀ, ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੇ ਕੈਰੇਕਟਰ ਦਾ ਨਾਂ ਕੀ ਹੈ। ਹਲੇ ਤੱਕ ਨਾਂ ਨੀ ਇਹਨਾਂ ਨੇ ਕਿਸੇ ਨੇ ਰੱਖਿਆ ਹੀ ਨਹੀਂ, ਬਸ ਸੈਂਪੀ ਦਾ ਡੈਡੀ। ਅੱਛਾ ਚਲੋ ਛੱਡੋ ਸੈਂਪੀ ਸੁੰਪੀ ਨੂੰ, ਹਰ ਡੈਡੀ ਨੂੰ। ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਓ ਮੈਂ ਸਭ ਕਾ ਪਾਓ, ਦਲਜੀਤ ਉਹ ਹਾਥੀ ਅਸੀਂ ਲੋਕ ਸਾਰੇ। ਦੇਖੋ ਮੈਂ ਤਾਂ ਜਿੱਦਾਂ ਨੀਰੂ ਜੀ ਕਹਿ ਰਹੇ ਕਿ ਇੰਸਪਾਇਰ ਹੋਏ, ਸਾਰਾ ਹਿੰਦੁਸਤਾਨ, ਪੂਰੀ ਦੁਨੀਆਂ ਇਸ ਵੇਲੇ ਇੰਸਪਾਇਰ ਹੋ ਰਹੀ ਹੈ। ਖਾਸੀਅਤ ਦੇਖੋ ਕੀ ਹੈ ਇਸ ਬੰਦੇ ਦੀ, ਇਹਨੇ ਬੰਬੇ ਦੀਆਂ ਫਿਲਮਾਂ ਬੰਦ ਕਰਵਾ ਦਿੱਤੀਆਂ, ਕੱਲਾ ਸਰਦਾਰ ਗੱਜ ਰਿਹਾ। ਔਰ ਸਲਮਾਨ, ਸ਼ਾਹਰੁਖ ਕਿੱਥੇ ਹੈ ਇਸ ਵੇਲੇ? ਵੈਰੀ ਗੁੱਡ ਸਰ। ਇਹ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ। ਔਰ ਜੋ ਵੀ ਇਹਨਾਂ ਦੇ ਉਹ ਸੀਗੀ ਜਿਹੜੀ
ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲਿਖੀਆਂ ਜਾ ਰਹੀਆਂ, ਇਹਨਾਂ ਵਾਸਤੇ ਕੈਰੇਕਟਰ ਲਿਖੇ ਜਾਣੇ ਆ, ਤੇ ਬਹੁਤ ਵੱਡੀ ਗੱਲ ਹੈ। ਬਿਲਕੁਲ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਯਾਰ ਤੇਰੇ ਤੇ, ਕਮਾਲ ਕਮਾਲ। ਔਰ ਫਿਰ ਉਸੀ ਤਰ੍ਹਾਂ ਉਸੀ ਬਾਣੇ ਵਿੱਚ ਉਸੀ ਸਿੱਖੀ ਸਿਦਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ। ਦੋਸਤੋ ਆਪਾਂ ਜ਼ਰਾ ਥੋੜਾ ਜਿਹਾ ਉੱਚੇ ਉੱਠਦੇ ਹੈ, ਫਿਰ ਕਹਿੰਦੇ ਬਾਲ ਕਟਾ ਲਈਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਜਾਂ ਕੁਛ ਇਸ ਤਰ੍ਹਾਂ ਹੋਏਗਾ। ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣੇ ਰਹੇ, ਉਸੀ ਤਰ੍ਹਾਂ ਇਹ ਦਲਜੀਤ ਦੋਸਾਂਝ ਜੀ ਹੈ। ਜਿਹੋ ਜਿਹਾ ਸਰਦਾਰ ਅਸੀਂ ਇੱਥੋਂ ਭੇਜਿਆ ਸੀਗਾ ਉਹ ਅਜੇ ਹੀ ਨਿਰੋਲ ਸਰਦਾਰ ਇਸ ਵੇਲੇ ਹੈ, ਚਾਹੇ ਦੁਨੀਆਂ ਦੇ ਕਿਸੇ ਵੀ ਲੈਵਲ ਤੇ ਪੁੱਜ ਜਾਏ। ਇਹਨਾਂ ਨੇ ਜਿਸ ਤਰ੍ਹਾਂ ਕਿਹਾ ਹੈ ਪੰਜਾਬੀਆਂ ਦਾ ਮਾਣ ਵਧਾਇਆ, ਸਾਡਾ ਮਾਣ ਵਧਾਇਆ, ਔਰ ਜੋ ਇੰਨੀ ਖਲਕਤ ਦਾ, ਜੋ ਇੰਨੇ ਸੰਸਾਰ ਦਾ, ਇੰਨੇ ਜੀਵਾਂ ਦਾ ਮਾਣ ਵਧਾਉਂਦਾ ਹੈ, ਗੁਰੂ ਮਹਾਰਾਜ ਜੀ ਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ।